ਜਿਹਨੂੰ ਕੈਂਚੀ ਮਾਰ ਬੰਨਦੇ। ਦਰਸ਼ੀ ਸੁਣੀ ਦਾ ਬੜਾ ਜਾਫੀ ਭੈੜਾ ਹਿੰਡ ਦਾ ਕਿ ਮੰਗੀ ਬੱਗੇ ਪਿੰਡ ਦਾ ਲੋਕੋ, ਮੰਗੀ ਬੱਗੇ ਪਿੰਡ ਦਾ ਲਾਓ ਨੌਜਵਾਨ ਵੇਖੋ, ਸ਼ੰਕਰ ਦੀ ਰੇੜ ਪੈ ਰਹੀ ਹੈ। ਹੈਪੀ ਗਰਗ ਉਧਰ ਨਾਲ ਸ਼ੀਸ਼ਾ ਸੰਘਾ ਭੋਲਾ ਆਗਰਾ ਤੰਦੂਰੀ ਤੇ ਨਾਲ ਜਵਾਰਾ ਸਾਰੇ ਵੀਰ, ਵੱਡਾ ਮਾਣ ਇਹਨਾਂ ਖਿਡਾਰੀਆਂ ਲਈ। ਲਾਓ ਲੱਖਾ ਚੀਮਾ, ਜੇ ਜਫਾ ਲੱਗ ਗਿਆ ਤੇ ਜਗੀ ਚੀਮੇ ਵੱਲੋਂ $100, $100, $100, ਵੱਡੇ ਪੱਧਰ ਤੇ ਮਾਨ ਸਮਾਨ ਕੀ ਧਮਾ। ਲੱਖਾ ਚੀਮਿਆਂ ਵਾਲਾ ਜੱਫਾ ਲਾਵੇ $200 ਬਲਜੀਤ ਦੇ ਵੱਲੋਂ। ਹਾਂਜੀ ਮੁਲਕ ਗੱਛ ਲਾਉਣਾ ਬਲੀਓ ਮਾਇਆ ਪੁੱਜੀ ਹੈ ਅਟਵਾਲ, 500 ਲੱਗ ਗਿਆ ਜਿਹੜਾ ਜੱਫਾ ਲਾਊ ਜੰਗ ਦਾ, ਗੱਲ ਹੋਊ ਬਾਅਦ ਦੇ ਵਿੱਚ। ਪਰ ਪਲਵਾਨ ਨਹੀਂ ਜੱਫਾ ਲਾ ਸਕਿਆ। ਯਾ ਲਾਲਾ ਅਬੇਦੁੱਲਾ, ਪਾਕਿਸਤਾਨ ਦੇ ਲਈ, ਡੀਪੇ ਮਠੱਡੇ ਟੀਮ ਦੇ ਲਈ, ਬੀਸੀ ਟਾਇਰ ਦੇ ਲਈ ਇੱਕ ਅਗਦਾ ਵਾਅਦਾ ਕਰਦਾ ਹੋਇਆ। ਇੱਧਰ ਸ਼ੰਕਰ ਸੰਧਵਾਂ ਵਾਲਾ ਅਗਲੀ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਵਿੱਚ। ਚਾਰਾਂ ਜਾਫੀਆਂ ਚੋਂ ਲੱਖਾ ਚੀਮਿਆਂ ਵਾਲਾ ਜਾਂ ਹੁਸ਼ਿਆਰਾ ਜਾਂ ਭਲਵਾਨ, ਇਹ ਆ ਲੱਖਾ ਚੀਮਿਆਂ ਦੀ ਧਰਤੀ ਦਾ ਲੱਖਾ ਇਸ ਸਮੇਂ। ਪਰ ਸ਼ੰਕਰ ਸੰਧਵਾਂ ਵਾਲਾ ਇੱਕ ਅਗਦਾ ਵਾਅਦਾ ਕਰਦਾ ਹੋਇਆ, ਸ਼ੰਕਰ ਇੱਕ ਅਗਦਾ ਵਾਅਦਾ ਕਰਦਾ ਹੋਇਆ, ਲੋ ਆ ਗਿਆ ਸ਼ੰਕਰ ਸੰਧਵਾਂ ਦੀ ਧਰਤੀ ਦਾ ਯੰਗ ਕਬੱਡੀ ਕਲੱਬ ਵੱਲੋਂ। ਜੇ ਖੁਸ਼ੀ ਜੱਫਾ ਲਾਵੇ ਤਾਂ ਬਿੱਲੇ ਔਜਲੇ ਵੱਲੋਂ $100 ਹੋਵੇਗਾ। ਲੋ ਸ਼ੰਕਰ ਸੰਧਵਾਂ ਹੁਸ਼ਿਆਰਾ ਬੋਪਰ ਦਾ ਨਹੀਂ ਜੱਫਾ ਲਾ ਸਕਿਆ, ਇੱਕ ਅੰਕ ਦਾ ਵਾਧਾ ਯੰਗ ਕਬੱਡੀ ਕਲੱਬ ਦੇ ਲਈ। ਅਗਲੇ ਪੁਆਇੰਟ ਦਾ ਵਾਧਾ ਫਿਰ ਆਪਣੀ ਟੀਮ ਲਈ ਕਰ ਗਏ। ਬੜਾ ਚੋਟੀ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ। ਲਾਓ ਸ਼ੰਕਰ ਦੀ ਅਗਲੀ ਰੇਡ ਫਿਰ ਮੈਦਾਨ ਦੇ ਵਿੱਚ ਪਈ ਹੋਈ ਹੈ ਕਿ ਰੁਤਬੇ ਮਿਲਣ ਮੁਕੱਦਰਾਂ ਨਾਲ, ਰੁਤਬੇ ਮਿਲਣ ਮੁਕੱਦਰਾਂ ਨਾਲ, ਮੁਕੱਦਰ ਬਣਨ ਕਿਸਮਤ ਦੇ ਨਾਲ। ਲਾਓ ਸ਼ੰਕਰ ਐਨ ਜਾਨਦਾਰ ਤਰੀਕੇ ਨਾਲ ਪੁਆਇੰਟ ਦਾ ਵਾਧਾ ਕਰ ਗਿਆ। ਹਾਫ ਸਮਾਂ ਇਸ ਮੁਕਾਬਲੇ ਦਾ।